ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਨਾ ਜੀ, ਜਿਹੜਾ ਕੁਲਦੀਪ ਸਿੰਘ ਭੁੱਗਾ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਤੁਹਾਡੇ 'ਤੇ ਇਲਜ਼ਾਮ ਲਗਾਏ ਨੇ ਕਿ ਵੀ ਇਹ ਜੋ ਬਾਲਾ ਸਾਹਿਬ ਦਾ ਕੇਸ ਹੈ ਇਹਦੇ ਸਾਰਾ ਤੁਹਾਡਾ ਹੱਥ ਹੈਗਾ ਵੇ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਗੱਲ ਇਹ ਹੈਗੀ ਜੀ, ਭਾਈ ਆਦਮੀ ਨੂੰ ਕਿਸੇ ਜਗ੍ਹਾ ਜਾ ਕੇ ਕੁਝ ਐਥਿਕਸ ਜਿਹੜੇ ਮੇਨਟੇਨ ਕਰਨੇ ਪੈਂਦੇ, ਸ਼ਰਮ ਆਉਣੀ ਚਾਹੀਦੀ ਹੈ ਵੀ ਅਸੀਂ ਕਿਸ ਕਦਰ ਤੱਕ ਝੂਠ ਕਬਰ ਤੋਲਣਾ। ਪਰ ਇੱਕ ਗੱਲ ਬੜੀ ਸਪੱਸ਼ਟ ਹੈ ਕਿ ਵੀ ਇਹਨਾਂ ਨੇ ਸਾਰੇ ਐਥਿਕਸ ਜਿਹੜੇ ਹੈਗੇ ਆਪਣੇ ਉਹ ਛਿਪਕੇ ਅਤੇ ਟੰਗ ਕੇ ਔਰ ਝੂਠ ਬੋਲਦਿਆਂ ਕੋਈ ਸ਼ਰਮ ਹਜ਼ਾ ਹੈ ਬਿਲਕੁਲ ਨਹੀਂ ਕਰਦੇ। ਇਹਨਾਂ ਨੂੰ ਇਹ ਪੁੱਛਿਆ ਜਾਏ ਵੀ ਅਸੀਂ ਹਸਪਤਾਲ ਰੋਕਣ ਦਾ ਕੋਈ ਮੁਕੱਦਮਾ ਕੀਤਾ ਹੋਇਆ ਵੀ ਹਸਪਤਾਲ ਨਾ ਬਣੇ, ਅਸੀਂ ਕਿਸੇ ਕਿਸਮ ਦਾ ਦਿੱਲੀ ਗੁਰਦੁਆਰਾ ਕਮੇਟੀ ਪਰ ਕੋਈ ਮੁਕੱਦਮਾ ਕੀਤਾ ਹੋਇਆ, ਟਰੱਸਟ ਦੇ ਵਿੱਚ ਦਿੱਲੀ ਦੇ ਜਿਹੜੇ ਪਤਵੰਤੇ ਸ਼ਹਿਰੀ ਸਿੱਖ ਹਨ ਉਹਨਾਂ ਨੂੰ ਟਰੱਸਟ ਦੇ ਵਿੱਚ ਲਿਆ ਵੀ ਇਹ ਹਸਪਤਾਲ ਚਲਾਉਣਗੇ। ਜੇ ਤਾਂ ਅਸੀਂ ਉਹਨਾਂ ਨੂੰ ਟਰੱਸਟੀ ਬਣਾਈਏ ਤਾਂ ਇਹ ਕਹਿੰਦੇ ਜੀ ਇਹਨਾਂ ਦਾ ਕਿਰਦਾਰ ਠੀਕ ਨੇ। ਉਸੇ ਟਰੱਸਟੀ ਨੂੰ ਇੱਕ ਆਪਣੇ ਕਾਲਜ ਦੇ ਵਿੱਚ ਟ੍ਰੇਜਰਾਰ ਮਨੋਨੀਤ ਕਰਨ 'ਤੇ ਉਹ ਠੀਕ ਹੋ ਗਿਆ। ਮਤਲਬ ਇਹਨਾਂ ਦਾ ਪੈਮਾਨਾ ਕੀ ਹੈਗਾ? ਸਵਾਲ ਇਹ ਹੈਗਾ ਵੀ ਅੱਜ 2 ਸਾਲ ਹੋ ਗਏ ਨੇ ਤਕਰੀਬਨ ਇਹਨਾਂ ਨੂੰ ਆਪਣੇ ਕਾਰਜਕਾਲ ਸੰਭਾਲਦਿਆਂ, ਪਰ ਇਹਨਾਂ ਨੇ ਕੋਈ ਕਿਸੇ ਕਿਸਮ ਦੀ ਚੋਰੀ ਚਕਾਰੀ ਜਿਹੜੀ ਹੈਗੀ ਉਹ ਨਹੀਂ ਦੱਸ ਕੇ ਵੀ ਕੋਈ ਹੇਰਾਫੇਰੀ ਹੋਈ, ਕੋਈ ਚੋਰੀ ਹੋਈ, ਕੋਈ ਚਕਾਰੀ ਹੋਈ, ਕੋਈ ਕਿਸੇ ਕਿਸਮ ਦਾ ਪੈਸੇ ਦਾ ਲੈਣ ਦੇਣ ਹੋਇਆ। ਸਵਾਏ ਇਲਜ਼ਾਮਬਾਜ਼ੀ ਤੋਂ ਇਹਨਾਂ ਦੇ ਹੋਰ ਪੱਲੇ ਆਏ ਕੀ ਗੱਲ? ਪਰ ਹੁਣ ਇਹ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਹਿੱਤ ਵੀ ਸ਼ਾਮਿਲ ਹੈ ਅਤੇ ਇਹ ਵੀ ਭੋਪਲ ਵੀ ਸ਼ਾਮਿਲ ਹੈ, ਮੈਨੂੰ ਗੱਲ ਇਹਨਾਂ ਦੇ ਝੂਠ ਕੁਫਰ ਬੋਲਣ ਦੀ ਨਹੀਂ ਹੈਗੀ। ਮੈਨੂੰ ਸਿਰਫ ਮੇਰਾ ਧਿਆਨ ਇਸ ਗੱਲ 'ਤੇ ਜਾਂਦਾ ਹੈ ਕੋਈ ਵਕਤ ਸੀ ਵੀ ਸਿੱਖ ਦੀ ਗਵਾਹੀ ਦੇ ਉੱਪਰ ਕੋਰਟਾਂ ਫੈਸਲੇ ਕਰ ਦਿੰਦੀਆਂ ਸਨ। ਉਹ ਅੱਜ ਹਾਲਾਤ ਇਹ ਬਣੇ ਹੋਏ ਨੇ ਵੀ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੀ ਸਿਰਮੌਰ ਸ਼ਖਸੀਅਤ ਘੁਮਾਉਣ ਵਾਲੇ ਨੇ, ਲੀਡਰ ਬਣੀ ਫਿਰਦੇ ਨੇ ਔਰ ਝੂਠ ਕਬਰ ਦਾ ਇਹੋ ਜਿਹਾ ਨੰਗਾ ਨਾਚ ਨੱਚਦੇ ਨੇ ਵੀ ਅੰਦਰੋਂ ਵੀ ਸ਼ਰਮ ਨਹੀਂ ਆਉਂਦੀ। ਬੰਦੇ ਨੂੰ ਅੰਦਰ ਤਾਂ ਪਤਾ ਹੁੰਦਾ ਆਪਣੇ ਵੀ ਮੈਂ ਝੂਠ ਬੋਲ ਰਿਹਾ ਮੈਂ ਸੱਚ ਬੋਲ ਰਿਹਾ, ਕੋਈ ਸ਼ਰਮ ਨਹੀਂ ਕਰਨ ਦੇ। ਬਈ ਤੁਸੀਂ ਲੋਕਾਂ ਨੂੰ ਦੱਸੋ ਵੀ ਕਿੱਥੇ ਹੇਰਾਫੇਰੀ ਹੋਈ, ਕਿਹੜਾ ਪੈਸਾ ਕਿਸ ਨੇ ਖਾਧਾ, ਕਿੱਥੇ ਗਿਆ? 200-300 ਕਰੋੜ ਦੀ ਜਗ੍ਹਾ ਨਹੀਂ 1000 ਕਰੋੜ ਰੁਪਇਆ ਕਿੱਥੇ ਚਲਾ ਗਿਆ? 200-250 ਕਰੋੜ ਰੁਪਏ ਦਾ ਪ੍ਰੋਜੈਕਟ ਹੈ, 1000 ਕਰੋੜ ਕੌਣ ਖਾ ਗਿਆ? ਕੋਈ ਅਕਲ ਹੈ ਗੱਲ ਕਰਨ ਦੀ? 100 ਰੁਪਏ ਦੀ ਚੀਜ਼ ਹੈ ਕੋਈ 1 ਲੱਖ ਰੁਪਏ ਵਿੱਚੋਂ ਖਾ ਜਾਏਗਾ? ਸੰਗਤਾਂ ਹੁਣ ਤੁਹਾਡੇ ਕੋਲ ਹਿਸਾਬ ਮੰਗਣਗੀਆਂ ਵੀ ਜਿਹੜਾ ਤੁਸੀਂ ਝੂਠ ਕੁਫਰ ਤੋਲਿਆ, ਜਥੇਦਾਰਾਂ ਨੂੰ ਵਿੱਚ ਆਮ ਸ਼ਾਮਿਲ ਕੀਤਾ ਝੂਠ ਕੁਫਰ ਤੋਲਣ ਦੇ ਵਿੱਚ ਔਰ ਆਪਣੇ ਪੈਸੇ ਦੇ ਬਲ ਦੇ ਨਾਲ, TV ਚੈਨਲਾਂ ਦੇ ਬਲ ਦੇ ਨਾਲ ਝੂਠ ਕੁਫਰ ਤੋਲ ਕੇ ਤੁਸੀਂ ਇੱਕ ਨਹਾਇਕ ਜਿਹੜੇ ਕਿ ਅਸੀਂ ਕੰਮ ਕਰਨ ਦੇ ਵਿੱਚ ਭਰੋਸਾ ਰੱਖਦੇ ਸੀ ਉਹਨਾਂ ਦੇ ਉੱਪਰ ਤੁਸੀਂ ਚੋਟ ਮਾਰਨ ਦੀ ਕੋਸ਼ਿਸ਼ ਕੀਤੀ, ਸੰਗਤਾਂ ਦੇ ਭਰੋਸੇ 'ਤੇ ਚੋਟ ਮਾਰਨ ਦੀ ਕੋਸ਼ਿਸ਼ ਕੀਤੀ, ਕੋਈ ਅੱਜ ਤੁਹਾਡੀ ਗੱਲ 'ਤੇ ਵਿਸ਼ਵਾਸ ਨਹੀਂ ਕਰੇਗਾ, ਤੁਸੀਂ 100 ਪ੍ਰੈਸ ਕਾਨਫਰੰਸਾਂ ਕਰ ਲਓ। ਮੈਂ ਅੱਜ ਵੀ ਕਹਿੰਦਾ ਕੋਈ ਵੀ ਹਿੰਦੁਸਤਾਨ ਦਾ, ਦਿੱਲੀ ਦਾ, ਪੰਜਾਬ ਦਾ ਕੋਈ ਸਿਟਿੰਗ ਜੱਜ, ਕੋਈ ਰਿਟਾਇਰਡ ਜੱਜ ਇਸ ਸਾਰੇ ਮਾਮਲੇ ਦੀ ਤਹਿਕੀਕਾਤ ਕਰ ਲਵੇ। ਕੋਈ ਵੀ ਦੁਨੀਆ ਦਾ, ਹਿੰਦੁਸਤਾਨ ਦਾ, ਕਿਸੇ ਸਟੇਟ ਦਾ ਨਾਮੀ ਗ੍ਰਾਮੀ
ਜਿਹੜਾ ਕੁਛ ਔਰ ਟਾਈਮ ਬਾਉਂਡ ਉਹਨੂੰ 15 ਦਿਨ 20 ਦਿਨ ਦਾ ਮਹੀਨੇ ਦਾ ਉਹਨੂੰ ਟਾਈਮ ਦਿੱਤਾ ਜਾਏ ਜਿਹੜੀ ਕੋਆਪਰੇਸ਼ਨ ਉਹ ਕਹੇਗਾ ਅਸੀਂ ਉਹਨੂੰ ਦੇਣ ਨੂੰ ਤਿਆਰ ਹਾਂ ਵੰਸ ਫਾਰ ਆਲ ਅਸੀਂ ਇਸ ਗੱਲ ਨੂੰ ਔਰ ਅਸੀਂ ਇਹ ਗੱਲ ਕਹਿੰਦੇ ਹਾਂ ਜੇ ਉਹ 1 ਰੁਪਏ ਦਾ 100ਵਾਂ ਹਿੱਸਾ ਵੀ ਹੈ ਇਸ ਚੀਜ਼ ਦਾ ਕੱਢ ਦੇਗਾ ਵੀ ਸਾਡਾ ਹਸਪਤਾਲ ਦੇ ਵਿੱਚ ਕੋਈ ਲੈਣ ਦੇਣ ਆਇਆ ਕੋਈ ਬਣੀ ਟ੍ਰਾਂਜੈਕਸ਼ਨ ਵਿੱਚ ਆਇਆ ਅਸੀਂ ਸਾਰੀ ਤਾਂ ਜ਼ਿੰਦਗੀ ਹੁਣ ਅਤੇ ਆਉਣ ਵਾਲੇ ਸਮੇਂ 'ਚ ਦੋਨੋਂ ਭਰਾ ਸਿੱਖ ਸਿਆਸਤ 'ਚੋਂ ਕਿਨਾਰਾ ਕਸ਼ੀ ਕਰ ਲਵਾਂਗੇ ਪਰ ਇਹੋ ਜਿਹੇ ਘਟੀਆ ਕਿਸਮ ਦੀਆਂ ਪ੍ਰੈਸ ਕਾਨਫਰੰਸਾਂ ਕਰਨੀਆਂ ਗੁਰਦੁਆਰੇ ਦੇ ਸਾਧਨ ਵਰਤਣੇ ਗੁਰਦੁਆਰੇ ਦੀ ਪ੍ਰਿੰਟਿੰਗ ਪ੍ਰੈਸ ਵਰਤਣੀ ਇਹ ਸਿਰਫ ਇਸ ਕਰਕੇ ਰੋਜ਼ ਇਲਜ਼ਾਮ ਲਗਾ ਰਹੇ ਕਿਉਂਕਿ ਜਿਹੜੀਆਂ ਚੋਰੀਆਂ ਚਕਾਰੀਆਂ ਕਰਪਸ਼ਨ ਗੁਰਦੁਆਰੇ ਨਿਜ਼ਾਮ ਦੇ ਵਿੱਚ ਅੱਜ ਕੱਲ੍ਹ ਹੋ ਰਹੀਆਂ ਕੋਈ ਉਹਨਾਂ ਵੱਲ ਉਂਗਲੀ ਨਾ ਉਠਾ ਦੇਵੇ ਇਹ ਜਿਹੜੇ ਮਸਲੇ ਨੇ ਜਿਹੜੇ ਕਿ 35-40 ਲੱਖ ਦੇ ਜਨਰੇਟਰ ਸੈੱਟ ਇਹਨਾਂ ਨੇ 93-94 ਹਜ਼ਾਰ 'ਚ ਵੇਚਿਆ ਇਹ ਉਹਨਾਂ ਤੋਂ ਡਰਦੇ ਹੋਏ ਸਾਡੇ 'ਤੇ ਇਲਜ਼ਾਮ ਲਗਾ ਰਹੇ ਦੱਸਣ ਕਿਵੇਂ ਵੇਚ ਦਿੱਤਾ 94,000 ਰੁਪਏ ਦੇ 380 KVA ਦਾ ਜਨਰੇਟਰ ਸੈੱਟ ਅਤੇ 125 KVA ਦਾ ਜਨਰੇਟਰ ਸੈੱਟ ਅਤੇ 25 KVA ਦਾ ਜਨਰੇਟਰ ਸੈੱਟ 1 ਲੱਖ ਰੁਪਏ ਦੇ ਸਪੇਅਰ ਪਾਰਟਸ ਅਤੇ 200 ਕੂਲਰਾਂ ਦੀਆਂ ਬਾਡੀਆਂ ਕਿਵੇਂ 94,000 ਰੁਪਏ 'ਚ ਵੇਚ ਦਿੱਤੀਆਂ ਔਰ ਜਿਹਨੂੰ ਵੇਚੀਆਂ ਉਸਨੇ ਇਨਕਾਰ ਕਰਤਾ ਜੀ ਮੈਂ ਲਿੱਤੀਆਂ ਨਹੀਂ ਇਹ ਰਿਪੋਰਟਾਂ ਗੁਰਦੁਆਰਾ ਕਮੇਟੀ ਦੀਆਂ ਬਣੀਆਂ ਹੋਈਆਂ ਸਾਡੇ ਪਾਸ ਪਈਆਂ ਹੋਈਆਂ ਨੇ ਅਸੀਂ ਕੋਈ ਇਲਜ਼ਾਮ ਨਹੀਂ ਲਗਾ ਰਹੇ ਇਹ ਇਹਨਾਂ ਦੇ ਮੈਨੇਜਰਾਂ ਦੀਆਂ ਰਿਪੋਰਟਾਂ ਸਾਡੇ ਕੋਲ ਪਈਆਂ ਹੋਈਆਂ ਨੇ ਜਿਸ ਤਰ੍ਹਾਂ ਦੇ ਨਾਲ ਸਕੂਲ ਇਹਨਾਂ ਨੇ ਖਾਲੀ ਕੀਤਾ ਜਿਸ ਤਰ੍ਹਾਂ ਗੁਰਦੁਆਰੇ ਦਾ ਖਜ਼ਾਨਾ ਖਾਲੀ ਕੀਤਾ ਜੋ ਜਿਹੀਆਂ ਕਮਿਸ਼ਨ ਬਾਜੀ ਔਰ ਹਰ ਕੰਮ ਦੇ ਵਿੱਚ ਪੈਸੇ ਖਾਣ ਦਾ ਇਹਨਾਂ ਨੇ ਇੱਕ ਨਵਾਂ ਇੱਕ ਜਹਾਜ਼ ਚਲਾਇਆ ਹੋਇਆ ਇਹ ਤਾਂ ਇਸ ਤਰ੍ਹਾਂ ਲੁੱਟ ਰਹੇ ਨੇ ਜਿਵੇਂ ਅਬਦਾਲੀ ਆ ਕੇ ਲੁੱਟਦਾ ਸੀ ਦਿੱਲੀ ਨੂੰ ਜਾਂ ਨਾਦਰ ਸ਼ਾਹ ਲੁੱਟਦਾ ਸੀ ਇਵੇਂ ਗੁਰਦੁਆਰਾ ਕਮੇਟੀ ਨੂੰ ਲੁੱਟ ਰਹੇ ਵੀ ਸ਼ਾਇਦ ਅਗਲਾ ਹਮਲਾ ਹੋਣਾ ਕਿ ਨਹੀਂ ਹੋਣਾ ਆਉਣਾ ਕਿ ਨਹੀਂ ਆਉਣਾ ਜੋ ਲੱਭਦਾ ਪਾ ਲਓ ਜਿਸ ਤਰ੍ਹਾਂ ਦਾ ਲੱਭਦਾ ਜੋ ਲੱਭਦਾ ਜਿੱਥੋਂ ਲੱਭਦਾ ਜਿਸ ਕੰਮ 'ਚ ਲੱਭਦਾ ਕੋਈ ਚੀਜ਼ ਜ਼ਰੂਰਤ ਹੈ ਨਹੀਂ ਹੈ ਉਹਨੂੰ ਤੋੜ ਦਿਓ ਉਹਨੂੰ ਫਿਰ ਬਣਾ ਦਿਓ ਉਹਨੂੰ ਫਿਰ ਤੋੜ ਦਿਓ ਫਿਰ ਬਣਾ ਦਿਓ ਸਭ ਕੰਮ ਖਾਲੀ ਹੋ ਗਿਆ ਇਹ ਕਦੀ ਪਾਰਕਿੰਗ ਦਾ ਲੈ ਜਾਣਗੇ ਮੁੱਦਾ ਜੀ ਵੇਚ ਦਿੱਤੀ ਜੀ ਕਦੀ ਹਸਪਤਾਲ ਦਾ ਲੈ ਜਾਣਗੇ ਅਸੀਂ ਤਾਂ ਕਹਿੰਦੇ ਹਾਂ ਅਸੀਂ ਇਹ ਆਫਰ ਕੀਤੀ ਹੈ ਤੁਹਾਨੂੰ ਜਸਟਿਸ RS Sodhi ਨਹੀਂ ਪਸੰਦ ਜਿਹੜਾ ਜੱਜ ਬਾਦਲ ਸਾਹਿਬ ਦੇ ਨੇੜੇ ਹੈਗਾ ਉਸਨੂੰ ਅਪੁਆਇੰਟ ਕਰ ਦਿਓ ਅੱਜ ਤਾਂ ਸਰਕਾਰ ਸੈਂਟਰ ਦੀ ਇਹਨਾਂ ਦੀ ਹੈ ਕੈਬ ਕੋਲੋਂ ਇਨਕੁਆਇਰੀ ਕਰਾ ਲਓ CBI ਕੋਲ ਕਰਵਾ ਲਓ ਜਿਸ ਕੋਲ ਮਰਜ਼ੀ ਕਰਾ ਲਓ ਜਿਸ ਕੋਲ ਮਰਜ਼ੀ ਕਰਾਓ ਜੇ ਸਾਡੇ 'ਤੇ ਮੁਕੱਦਮੇ ਦਰਜ ਹਨ ਤਾਂ ਐਕਸ਼ਨ ਕਿਉਂ ਨਹੀਂ ਹੋਇਆ 420 ਦਾ ਕਿਉਂਕਿ ਤੁਸੀਂ ਝੂਠੇ ਮੁਕੱਦਮੇ ਦਰਜ ਕਰਾਏ ਨੇ ਅਸੀਂ ਕੋਈ ਕਿਸੇ ਨੂੰ ਅਪਰੋਚ ਨਹੀਂ ਕੀਤੀ ਸਾਡੇ 'ਤੇ ਐਕਸ਼ਨ ਨਾ ਲਵੋ ਹੁਣ ਤਾਂ ਦਿੱਲੀ ਕਿਉਂ ਨਹੀਂ ਕਹਿੰਦੇ ਦਿੱਲੀ ਪੁਲਿਸ ਨੂੰ ਸਾਡੇ 'ਤੇ ਐਕਸ਼ਨ ਲੈਣ ਅਸੀਂ ਤਾਂ ਮਨਾ ਕੀਤਾ ਨਹੀਂ ਹੋਇਆ ਅਸੀਂ ਤਾਂ ਕਿਸੇ ਕੋਰਟ ਕੋਲ ਜਾ ਕੇ ਵੀ ਨਹੀਂ ਕਿਹਾ ਨਹੀਂ ਹਾਂਜੀ ਸਾਡੀ ਬੇਲ ਲਵੋ ਤੁਸੀਂ ਝੂਠੇ ਮੁਕੱਦਮੇ ਦਾਇਰ ਕਰਾ ਕੇ ਕੀ ਸਮਝਦੇ ਹੋ ਕਿ ਅਸੀਂ ਜੁਰਮ ਕਰ ਬੈਠੇ ਹਾਂ ਇਹ ਸਾਰੀਆਂ ਚੀਜ਼ਾਂ ਦੇ ਹਿਸਾਬ ਦੇਣੇ ਪੈਣਗੇ ਬੋਗਲ ਸਾਹਿਬ ਇੱਕ ਇੱਕ ਪਾਈ ਦਾ ਹਿਸਾਬ ਦੁਨੀਆ ਤੁਹਾਡੇ ਕੋਲ ਮੰਗੇਗੀ ਤੁਹਾਡੇ ਝੂਠ ਔਰ ਕੁਫਰ ਦਾ ਹਿਸਾਬ ਤੁਹਾਡੇ ਕੋਲ ਮੰਗੇਗੀ ਆਪਣੇ ਪਹਿਲੇ ਸਰੀਰ ਦੀ ਹਾਲਤ ਵੇਖੋ ਝੂਠ ਬੋਲ ਬੋਲ ਕੇ ਕਿਹੜੇ ਮੁਕਾਮ 'ਤੇ ਪਹੁੰਚ ਗਏ ਮੈਂ ਹੋਰ ਕੁਝ ਕਹਿਣਾ ਨਹੀਂ ਚਾਹੁੰਦਾ ਜਿਸ ਤਰ੍ਹਾਂ ਦਾ ਕੰਧ ਇਹ ਸਮਾਜ ਦੇ ਵਿੱਚ ਫੈਲਾ ਰਹੇ
ਸਾਰੀ ਸੰਗਤ ਇਹਨਾਂ ਤੋਂ ਸੁਚੇਤ ਰਹੇ। ਮੈਂ ਇੱਕ ਵਾਰ ਫਿਰ ਕਹਿਣਾ ਚਾਹੁੰਦਾ, ਕਿਸੇ ਵੀ ਸ਼ਖਸੀਅਤ ਕੋਲੋਂ ਇਸ ਚੀਜ਼ ਦੀ ਤਹਿਕੀਕਾਤ ਕਰਾ ਕੇ ਵੰਸ ਫਾਰ ਆਲ ਇਹਦਾ ਜਿਹੜਾ ਹੈਗਾ ਇਹ ਫੈਸਲਾ ਇਹ ਸੰਗਤ ਦੇ ਸਾਹਮਣੇ ਲਿਆਉਣ। ਅਸੀਂ ਹਰ ਤਰ੍ਹਾਂ ਦੀ ਕੋਆਪਰੇਸ਼ਨ ਦੇਣ ਨੂੰ ਤਿਆਰ ਹਾਂ ਔਰ ਹਰ ਗੱਲ ਦਾ ਮਕੂਲ ਜਵਾਬ ਇਹਨਾਂ ਨੂੰ ਦਿੱਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।